मैं परविंदर सिंह जी ਕਿੱਥੇ ਪਿੰਡ ਪਿੰਡ ਕਿਹੜਾ ਹੈ ਚੱਠਾ ਨੇ ਹੇੜਾ ਜੀ ਅੱਜ ਇਹ ਜਿਹੜਾ ਪੁਤਲਾ ਸਾੜਿਆ ਗਿਆ ਕਿਹੜੇ ਸੰਬੰਧ ਸਾੜਿਆ ਗਿਆ ਜੀ ਇਹ ਸੰਬੰਧ ਜੀ ਜਿਹੜੀ ਵਿਸ਼ਵ ਦੀ ਵਪਾਰ ਸੰਗਠਨ ਹੈ ਜਿਹੜਾ UNA ਦੇ ਵੱਲੋਂ ਇੱਕ ਪੂਰੇ ਵਰਲਡ ਦੇ ਵਿੱਚ ਇੱਕ ਜਿਹੜਾ ਮਤਲਬ ਇੱਕ ਸੰਗਠਨ ਹੁੰਦਾ ਹੈ ਜਿਵੇਂ MMF ਤੇ ਜਿਹੜਾ WTO ਇਹ WTO ਜਿਹੜਾ ਹੈਗਾ ਇਹ ਵੀ ਅੱਜ ਪੂੰਜੀਪਤੀਆਂ ਦੇ ਜਿਹੜੇ ਵੱਡੇ ਸਾਮਰਾਜੀ ਕੰਪਨੀਆਂ ਨੇ ਇਹ ਉਹਨਾਂ ਦੇ ਧੱਕੇ ਚੜ੍ਹ ਗਿਆ ਤੇ ਇਹ ਬੋਲੀ ਬੋਲਦਾ ਤੇ ਇਹ ਬਿਆਨ ਦਿੰਦਾ ਹੈ ਭਾਰਤ ਦੇ ਵਿੱਚ ਇਹ ਕਹਿੰਦਾ ਵੀ ਜਿਹੜੇ ਇਹ ਖੇਤੀ ਕਾਨੂੰਨ ਨੇ ਇਹ ਕਿਸਾਨਾਂ ਦੇ ਫਾਇਦੇਮੰਦ ਨੇ ਇਹ ਜਿਹੜੀਆਂ ਇਦਾਂ ਦੀਆਂ ਸੰਸਥਾਵਾਂ ਨੇ ਜਿਹੜੀਆਂ ਲੋਕ ਭਲਾਈ ਦੇ ਲਈ ਬਣਦੀਆਂ ਨੇ ਜਾਂ ਸੰਗਠਨ ਬਣਦੇ ਨੇ ਇਹ ਵੀ ਅੱਜ ਉਹ ਸਾਮਰਾਜੀ ਕੰਪਨੀਆਂ ਤੇ ਵੱਡੇ ਜਿਹੜੇ ਪੂੰਜੀਵਾਦੀ ਲੋਕ ਨੇ ਇਹ ਉਹਨਾਂ ਦੇ ਧੱਕੇ ਚੜ੍ਹ ਗਿਆ ਇਸ ਕਰਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਇਹ ਜਿੱਥੇ ਇੱਕ ਕਾਲ ਆਈ ਸੀ ਇੱਕ ਮੈਸੇਜ ਦਿੱਤਾ ਸੀ ਵੀ ਹਰ ਪਿੰਡ ਪਿੰਡ ਦੇ ਵਿੱਚ ਪੰਜਾਬ ਦੇ ਵਿੱਚ ਇਹਦੇ ਜਿਹੜੇ ਪੁਤਲੇ ਨੇ ਉਹ ਫੂਕਣੇ ਨੇ ਜਿੱਥੇ ਹਰ ਪਿੰਡ ਪਿੰਡ ਦੇ ਵਿੱਚ ਪਹਿਲਾਂ ਸਵੇਰੇ ਜਿਹੜੀਆਂ ਪਿੰਡ ਇਕਾਈਆਂ ਨੇ VKU ਅਗਰਾਹਾਂ ਦੀਆਂ ਉਹ ਪੁਤਲੇ ਪਿੰਡਾਂ 'ਚ ਵੀ ਫੂਕ ਕੇ ਆਏ ਨੇ ਅਤੇ ਅੱਜ ਜਿਹੜਾ ਇਹ ਸੁਨਾਮ ਦੇ ਵਿੱਚ ਲਗਭਗ 75 ਦਿਨਾਂ ਤੋਂ ਜਿਹੜਾ ਰਿਲਾਇੰਸ ਦਾ ਟ੍ਰੈਂਡ 'ਚ ਮੌਲ ਹੈ ਜਿਹੜਾ ਉਹ ਘੇਰਿਆ ਹੋਇਆ ਅਤੇ ਪੱਕਾ ਮੋਰਚਾ ਚੱਲ ਰਿਹਾ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ ਵੱਲੋਂ ਉੱਥੇ ਵੀ ਅੱਜ ਇਹ ਸਾਰੇ ਅਸੀਂ ਜਿੰਨੇ ਕਿਸਾਨ ਮਜ਼ਦੂਰ ਜਿੰਨੇ ਵੀ ਇੱਥੇ ਆਗੂ ਸਾਰੇ ਆਏ ਨੇ VKU ਗੁਰਾਹਾਂ ਦੇ ਅਸੀਂ ਰਲ ਮਿਲ ਕੇ ਸਾਰਿਆਂ ਨੇ ਇਹ ਕੇਂਦਰ ਦੀ ਮੋਦੀ ਸਰਕਾਰ ਅਤੇ ਜਿਹੜੀ WTO ਹੈ ਇਹਦਾ ਰਲ ਕੇ ਅਸੀਂ ਜਿਹੜਾ ਪੁਤਲਾ ਹੈ ਉਹ ਫੂਕਿਆ ਅਤੇ ਕੇਂਦਰ ਦੀ ਸਰਕਾਰ ਨੂੰ ਇਹ ਅਸੀਂ ਵੰਗਾਰ ਹੈ ਵੀ ਜੇਕਰ ਤੂੰ ਇਹ ਜਿਹੜੇ ਖੇਤੀ ਕਾਨੂੰਨ ਨੇ ਇਹ ਤਾਂ ਵਾਪਸ ਨਾ ਕਰੇ ਕਾਲੇ ਕਾਨੂੰਨ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਜਿਹੜਾ ਸੰਘਰਸ਼ ਹੈ ਇਹ ਹੋਰ ਤਿੱਖਾ ਹੋਊਗਾ ਅਤੇ ਇਹ ਇੱਕ ਬੇਨਤੀ ਕਰਦਾ ਮੈਂ ਕਿਉਂਕਿ ਇਹ ਪੰਜਾਬ ਦੇ ਵਿੱਚ ਵੀ ਆਪਾਂ ਇਹ ਜਿਹੜੇ ਇੱਦਾਂ ਦੇ ਪ੍ਰੋਗਰਾਮ ਕਰਕੇ ਜਿੱਦਾਂ ਕੱਲ੍ਹ ਵੀ ਮਹਿਲਾ ਦਿਵਸ ਵਾਲੇ ਦਿਨ ਧਨੌਲੇ ਦੇ ਵਿੱਚ ਹਰਜੀਤ ਗਰੇਵਾਲ ਦੇ ਪਿੰਡ ਜਿੱਥੇ 50,000 ਕੱਲੀਆਂ ਮਾਵਾਂ ਭੈਣਾਂ ਦਾ ਯਾਨੀ ਔਰਤਾਂ ਦਾ ਇਕੱਠ ਸੀ ਇਸੇ ਤਰ੍ਹਾਂ ਜਿਹੜੇ ਇੱਦਾਂ ਦੇ ਪ੍ਰੋਗਰਾਮ ਹੁੰਦੇ ਨੇ ਜਾਂ ਰੋਸ ਮੁਜ਼ਾਹਰੇ ਹੁੰਦੇ ਨੇ ਜਾਂ ਧਰਨੇ ਹੁੰਦੇ ਨੇ ਤੁਸੀਂ ਵੱਧ ਚੜ੍ਹ ਕੇ ਹਾਜ਼ਰੀ ਭਰਿਆ ਕਰੋ ਅਤੇ ਇਸ ਅੰਦੋਲਨ ਦੇ ਵਿੱਚ ਜਿਹੜਾ ਆਪਣਾ ਯੋਗਦਾਨ ਹੈ ਉਹ ਪਾਇਆ ਕਰੋ।